एवरीबॉडी सत श्री अकाल जी, वेलकम टू माय न्यू ब्लॉग। अज का जो ब्लॉग आप बना जा रहे हैं, यह मतलब एक दिन का या दो तीन दिन का नहीं है, ये घट्टो घट्ट ब्लॉग महीना कंटिन्यू रहेगा। मतलब अज 30 दिसंबर है, तो यह ब्लॉग जो देखोगे शायद जनवरी के एंड से या फरवरी के फस्ट वीक तक यह कंटिन्यू चलूगा, क्योंकि ये आप जी आप कार पिछले ब्लॉग चलाई सी आल्टो वह आप रीस्टोर करा रहे हैं, वह सारा दसागे बई की कुछ वह रीस्टोरिंग से लगता, पहला मकैनिकल काम बई कि स्पेयर पार्ट पेंदे, पेंट जॉब दसागे बी कि खर्चा आता, टोटल एक्सपेंस दसागे। पहली गल आप गड्डी ली है 70,000 की जिहड़ी पुरानी आप इतों चक्की है, तो सारा कुछ वह मतलब ओवरऑल होना ही है, तो जिन्ना क बचता होया काम उन्ना क आप बचावे। तो पहला सारे ना पहले आप गड्डी चक लीए, तो फिर थोनों मकैनिक मिलावे बी जी जो दसूगा बी कार का काम की होना, क्योंकि कई बार छोटे छोटे काम होने कई बार हो सकता भी वह आप इंजन ही चेंज कर दिए जे पुराने इंजन से वध पैसे लगते हुए, कि ब्लॉग वा काफ़ी लंबा होगा जे किसी ने रीस्टोर करवानी होंगी कोई गड्डी आल्टो की नहीं गल करते कोई होर भी, मतलब काफ़ी हैल्प मिलेगी इस ब्लॉग राही, तो सारा काम आप ओरिजिनल ही करावे। तो पहला कार चेक भी फिर थोड़ा मिलते हैं बाद हूँ आप जिन्ना मतलब जेडे हूँ सैकंड ओनर उस कार के उन्होंने घर जा रहे हैं, तो इन्हों को अपनी कार खड़ी है पुरानी, इतों आप अज पिक करनी है कार, तो जाने सीधा मकैनिक को आह कार इन्हों देनी आप i10 ये CNG वाली आप इन्हों मतलब सेल करनी। हुण जिहड़ा आपां कार लैके आए आ इह मकैनिकल काम होण वाला, जिवें कि तुहानूं व्लॉग च पहलां दस्सिया सीगा, ते बाई हुण सारा मकैनिकल काम करनगे इहदा, ते आपां पुछदे आ बई इहदा काम की कुछ होण वाला, क्योंकि इंजन बोर वगैरह होणा, बई दस्सो माड़ा जिहा इहदा की किहड़ा किहड़ा काम होणा हुण इहदा। जी सब तों पहलां तां थल्लों इहदा इंजन का काम होने लगा, जेडे इंजन दे विचों क्रैंक वाज करी जांदी है, एक तां क्रैंक दा काम जरूरी है, ठीक है, सारा ऑल ओवर क्रैंक ते उपरों हैड दा काम हो जूगा जी, ठीक है, ते स्लीवां पिस्टन नवे पै जाने, ठीक है, नवे फिर इहदे नाल इहदा क्लच दा काम होने वाला जरूरी है जी, क्लच प्लेट प्रेशर प्लेट क्लच बैरिंग ਉਹਦੇ ਨਾਲ ਕੀ ਹੈ ਚੱਲਣ 'ਚ ਐਵਰੇਜ ਵੀ ਵਾਜੂ ਉਹਦੀ ਪਿਕਅਪ ਵੀ ਵਾਜੂ, ਓਕੇ ਓਕੇ, ਠੀਕ ਹੈ। ਗੇਅਰ ਆਇਲ ਇਹਦਾ ਬਹੁਤ ਖਰਾਬ ਆ, ਗੇਅਰ ਆਇਲ ਚੇਂਜ ਕਰਨ ਵਾਲਾ ਜੀ, ਇੱਕ ਐਕਸਲ ਆ ਜੀ, ਐਕਸਲ ਬਿਲਕੁਲ ਨਵਾਂ ਹੀ ਮਿਲ ਜੂਗਾ, ਉਹਦਾ ਆਪਣਾ ਨਵਾਂ ਪੈ ਜੂਗਾ, ਇੱਕ ਇਹਦੇ ਇੱਕ ਪਾਸੇ ਦਾ ਥੋੜ੍ਹਾ ਸ਼ੌਕਰ ਲੀਕ ਹੈ ਜੀ, ਉਹ ਖੁੱਲ੍ਹ ਕੇ ਚੈੱਕ ਹੋ ਜੂਗਾ, ਓਕੇ ਓਕੇ, ਉਹ ਸ਼ੌਕਰ ਆ ਜਾਣਗੇ, ਹਾਂ ਉਹ ਜੇ ਖਰਾਬ ਹੋਏ ਤਾਂ ਨਵੇਂ ਪੈ ਜਾਣਗੇ, ਇੱਕ ਇਹਦੇ ਐਂਡ ਚਿਮਟੇ ਰਬੜ ਕਿੱਟ ਜੋ ਵੀ ਹੋਣ ਵਾਲਾ, ਜਿਵੇਂ ਆਹ ਹੈੱਡਲਾਈਟ ਠੀਕ ਪਈ ਹੈ ਉਧਰਲੀ ਹੈੱਡਲਾਈਟ ਨਵੀਂ ਪੈ ਜੂਗੀ, ਹਾਂ ਹਾਂ ਇਹ ਨਵੀਂ ਪੈ ਜੂਗੀ, ਹਾਂ, ਤੇ ਇਹਦੇ ਅਗਲੇ ਪਿਛਲੇ ਬੰਪਰ, ਹਾਂ, ਤੇ ਜੋ ਵੀ ਆ ਥੱਲੋਂ ਜਿਵੇਂ ਆਪਾਂ ਖੋਲ੍ਹ ਕੇ ਚੈੱਕ ਕਰਾਂਗੇ ਉਵੇਂ ਸੀਟਾਂ ਦੀ ਆਪਾਂ ਪੁਸ਼ਿੰਗ ਕਰਾ ਦਾਂਗੇ ਜੀ, ਸੀਟ ਕਵਰ ਨਵੇਂ ਪੈ ਜਾਣਗੇ, ਏਸੀ ਦੀ ਸਾਰੀ ਗੈਸ ਕੱਢ ਕੇ ਸਾਰੀ ਗੈਸ ਨਵੀਂ ਪੈ ਜੂਗੀ, ਏਸੀ ਦੀ ਸਰਵਿਸ ਹੋ ਜੂਗੀ ਜੀ, ਇਹਦੇ ਵਿੱਚੋਂ ਇਹ ਆ ਵੀ ਤੁਹਾਨੂੰ ਮੁੜ ਕੇ ਕੋਈ ਪ੍ਰੋਬਲਮ ਨਹੀਂ ਆਉਂਦੀ। ਮੇਨ ਗੱਲ ਆਏ ਆ ਬਈ ਜਿਹੜੀ ਆਪਣੇ ਇਹ 2000 ਮਾਡਲ ਆਪਾਂ ਇੱਕ ਵੀ ਚੀਜ਼ ਕਿਸੇ ਨਵੇਂ ਮਾਡਲ ਦੀ ਨਹੀਂ ਪਾਉਣੀ, ਜਿਵੇਂ 2008 ਤੱਕ 12 ਤੱਕ 6 ਪਾਈ ਹੈ ਬਈ ਹਨਾ, ਇਹ ਹਾਂਜੀ ਇਹ 12 ਦੀ 6, 12 ਤੱਕ ਇੰਜਨ ਦਾ ਵੀ ਫਰਕ ਹੈ, ਜੇ ਆਪਾਂ ਇੰਜਨ ਨਵੀਂ ਦਾ ਪਾਉਂਦੇ ECM ਵਗੈਰਾ ਚੇਂਜ ਕਰਨੇ ਪੈਂਦੇ ਹੁੰਦੇ ਹਨਾ, ਹਾਂਜੀ ਹਾਂਜੀ ਹਾਂਜੀ, ਤੇ ਆਪਾਂ ਇੱਕ ਇੱਕ ਸੂਈ ਵੀ ਜਿਹੜੀ ਅੰਦਰਲੀ ਮੀਟਰ ਵਾਲੀ ਓਡੋਮੀਟਰ ਹੋ ਗਿਆ ਸੀਟਾਂ ਹੋ ਗਿਆ ਸਾਰੀਆਂ ਦੀ ਓਰੀਜਨਲ ਹੀ ਰੱਖਣੀਆਂ, ਜਿੰਨਾ ਕੁਛ ਇਹਦੇ ਤੇ ਓਰੀਜਨਲ ਲੱਗਿਆ ਆਪਾਂ ਪੂਰੀ ਉਵੇਂ ਬਣਾ ਕੇ ਰੱਖਣੀ ਹੈ, ਕੋਈ ਐਕਸਟਰਾ ਰਾਏ ਨਹੀਂ ਪਾਉਣੇ, ਬਾਕੀ ਜਿਹੜਾ ਮਕੈਨੀਕਲ ਕੰਮ ਹੈ ਬਾਈ ਨੇ ਦੱਸਤਾ, ਇਹ ਤੋਂ ਬਾਅਦ ਪੇਂਟ ਜੌਬ ਤੇ ਜਾਊਗੀ ਹਨਾ ਬਈ, ਹਾਂਜੀ ਪੇਂਟ ਤੇ ਜਾਊਗੀ ਜੀ, ਉਸ ਤੋਂ ਬਾਅਦ ਅਸੈਸਰੀ ਲੱਗੂਗੀ ਜਿਹੜੀ ਹਨਾ ਸੀਟਾਂ ਸੁੱਟਾਂ ਵਾਲੀਆਂ ਹੋ ਗਈਆਂ, ਇੱਕ ਇਹਦੇ ਰਿਮ ਜ਼ਰੂਰੀ ਹੈ ਜੀ, ਰਿਮ ਜ਼ਿਆਦਾ ਖਰਾਬ ਹੋ ਪਏ ਆ ਜੀ, ਉਹ ਸਾਰਾ ਕੁਝ ਮਤਲਬ ਇੱਕ ਟਾਈਮ ਗੱਡੀ ਤੇ ਲੱਗ ਜਾਊਗਾ ਆਪਾਂ ਨੂੰ, ਮਹੀਨਾ ਲੱਗ ਜਾਊ ਹਨਾ ਇਹਦੇ, ਬੜੇ ਆਰਾਮ ਨਾਲ, ਤੇ ਸਾਰਾ ਵਲੌਗ ਮਹੀਨੇ 'ਚ ਹੀ ਆਪਾਂ ਕਵਰ ਕਰਾਂਗੇ ਬਈ, ਜਿਹੜਾ ਜਿਹੜਾ ਕੁਛ ਜਿਵੇਂ ਜਿਵੇਂ ਆਏਗੇ ਮੌਕੇ ਤੇ ਆਪਾਂ ਰੋਜ਼ ਆ ਜਾ ਕਰਾਂਗੇ, ਗੱਡੀ ਦਾ ਪੂਰਾ ਆਪਾਂ ਤੁਹਾਨੂੰ ਵਲੌਗ ਦੱਸਾਂਗੇ, ਜੇ ਕਿਸੇ ਨੇ ਹੋਰ ਵੀ ਰੀਸਟੋਰ ਕਰਾਉਣੀ ਆ ਬਾਈ ਦਾ ਨੰਬਰ ਤੁਹਾਨੂੰ ਥੱਲੇ ਦੱਸ ਦਾਂਗੇ, YouTube ਤੇ ਥੱਲੇ ਚੱਲਦਾ ਹੋਊਗਾ, ਕੋਈ ਵੀ ਗੱਡੀ ਹਨਾ ਬਈ ਆਪਾਂ ਦੁਬਾਰਾ ਰੀਸਟੋਰ ਕਰਾਉਣੀ ਆ ਜਾਂ ਸਰਵਿਸਾਂ ਕਰਾਉਣੀਆਂ ਸਾਰੀਆਂ ਆਪਾਂ ਬਾਈ ਵਧੀਆ ਇੱਥੇ ਕਰਦੇ ਆ, ਤੇ ਓਰੀਜਨਲ ਜੈਨੂਨ ਸਪੇਅਰ ਪਾਰਟ ਹਨਾ ਆਪਾਂ ਨੂੰ ਮਿਲ ਜਾਂਦੇ ਜੈਨੂਨ MGP ਦਾ ਹੀ ਓਰੀਜਨਲ MGP ਦਾ ਪਾਰਟ ਪਾਵਾਂਗੇ, ਹੋਰ ਵੀ ਕਿਸੇ ਕਾਰ ਦੀ ਕਰਾਉਣੀ ਉਹ ਵੀ ਸਾਰੇ ਤੁਸੀਂ ਸਰਵਿਸ ਇੱਥੋਂ ਕਰਾ ਸਕਦੇ ਹੋ, ਤੇ ਹੁਣ ਆਪਾਂ ਕਾਰ ਲੈ ਕੇ ਚੱਲੇ ਹਾਂ, ਤੇ 5 ਦਿਨਾਂ ਬਾਅਦ ਤੁਹਾਨੂੰ ਇੱਥੇ ਮਿਲਦੇ ਹਾਂ, ਤੇ ਬਾਈ ਦੱਸ ਦੇਣਗੇ ਉਸ ਤੱਕ ਕੰਮ ਕੀ ਹੋ ਗਿਆ, ਮੈਂ ਬਾਹਰ ਜਾਣਾ ਕਿਸੇ ਕੰਮ ਤੋਂ, ਤੇ ਫਿਰ ਆਪਾਂ ਮਿਲਦੇ ਹਾਂ ਦੁਬਾਰਾ ਕੇ। ਜੀ ਅੱਜ ਹੈਗੀ ਜੀ 8 ਜਨਵਰੀ, ਗੱਡੀ ਦਾ ਕੰਮ ਕੱਲ੍ਹ ਦਾ ਸ਼ੁਰੂ ਹੋਇਆ ਵਾ, ਮਤਲਬ ਜਿਹੜੇ ਉਹਦੇ ਇੰਜਨ ਦੇ ਫੇਸ ਫੂਸ ਹੁੰਦੇ ਆ ਉਹ ਸਾਰੇ ਹੋ ਗਏ ਸੀਗੇ,
ਤੇ ਹੁਣ ਆਈ ਆ ਫਾਈਨਲੀ ਜਿਹੜਾ ਇੰਜਨ ਆਇਆ ਉਹ ਆਇਆ ਆਪਣੇ ਮਕੈਨਿਕ ਕੋਲ ਤੇ ਆਪਾਂ ਉੱਥੇ ਚੱਲਿਆ ਸਪੇਅਰ ਪਾਰਟਸ ਦੀ ਵੀ ਮੇਰੇ ਕੋਲ ਲਿਸਟ ਹੈਗੀ ਆ ਉਹ ਆਪਾਂ ਕੱਲ ਲੈ ਲਾਂਗੇ ਮਤਲਬ ਅੱਜ ਸੰਡੇ ਆ ਜਿਹੜੇ ਅੱਜ ਜਿਹੜਾ ਕੰਮ ਹੋਣਾ ਸੀ ਉਹ ਅੱਜ ਆਪਾਂ ਲੈ ਲਏ ਸੀਗੇ ਤੇ ਸੋਰੀ ਕੱਲ ਲੈ ਲਏ ਸੀਗੇ ਤੇ ਬਾਕੀ ਮੰਡੇ ਨੂੰ ਮਿਲ ਜਾਣਗੇ ਤੇ ਮੰਡੇ ਨੂੰ ਮਤਲਬ ਕਿ ਕੱਲ ਦੇ ਦਿਨ ਮੋਸਟ ਪ੍ਰੋਬੇਬਲੀ ਕੱਲ ਦਾ ਹੀ ਹੋਜੂ ਜਾਂ ਮੰਗਲਵਾਰ ਦਾ ਦਿਨ ਲੱਗੂਗਾ ਤੇ ਆਪਣੀ ਗੱਡੀ ਇੰਜਨ ਵਾਈਜ਼ ਪੂਰੀ ਓਕੇ ਸਟਾਰਟ ਹੋ ਜੂਗੀ ਮਤਲਬ ਰੈਡੀ ਹੋ ਜੂਗੀ ਇੰਜਨ ਵਾਈਜ਼ ਫਿਰ ਉਹ ਜਾਊਗੀ ਪੇਂਟ ਜੋਬ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਆਪਣਾ ਜਿਹੜਾ ਸਾਰਾ ਕੰਮ ਹੋਣਾ ਇਹਦਾ ਇੰਜਨ ਦੀ ਵਾਸ਼ਿੰਗ ਹੋਣੀ ਹੈ ਪਹਿਲਾਂ ਠੰਡ ਬਹੁਤ ਅੱਗ ਨਾਲ ਸੇਕੀ ਜਾਂਦੇ ਹਾਂ ਅਤੇ ਹੁਣੇ ਬਾਈ ਉੱਧਰੋਂ ਵਾਸ਼ਿੰਗ ਕਰਕੇ ਲਾਇਆ ਆਪਣੀ ਟਰੇਟਰ ਅਤੇ ਸਾਰਾ ਸਮਾਨ ਖੋਲ੍ਹ ਕੇ ਡੀਜ਼ਲ ਅਤੇ ਪੈਟਰੋਲ ਦੇ ਮਿਕਸਚਰ ਨਾਲ ਆਪਾਂ ਇਹਨੂੰ ਸਾਰਿਆਂ ਨੂੰ ਵਾਸ਼ ਕਰਾਂਗੇ ਅਤੇ ਉਹਦੇ ਨਾਲ ਆਏ ਹਾਂ ਬਈ ਸਾਰਾ ਹੀ ਜਿਹੜਾ ਇਹਦੇ 'ਚ ਗੰਦ ਆ ਉਹ ਸਾਰਾ ਸਾਫ਼ ਹੋ ਜੂਗਾ ਪੂਰਾ ਕਲੀਨ ਵੇ ਨਾਲ ਕਿਉਂਕਿ ਜਿਹੜਾ ਆਪਾਂ ਦੂਜਾ ਇੰਜਨ ਵੀ ਪਾਉਂਦੇ ਸੀ ਜੇ ਆਪਾਂ ਇਹਦਾ ਇੰਜਨ ਹੀ ਐਕਸਚੇਂਜ ਕਰਦੇ ਉਹ ਕੰਮ ਸਸਤਾ ਪੈਣਾ ਸੀ ਕਿਉਂਕਿ 8-9 ਹਜ਼ਾਰ ਦਾ ਇਹਦਾ ਇੰਜਨ ਆ ਜਾਂਦਾ ਅਤੇ ਉਹਦੇ ਨਾਲ ਆਏ ਸੀਗਾ ਆਪਾਂ ਨੂੰ ਬਈ ਉਹ ਇੰਜਨ ਵੀ ਮੰਨ ਲਓ ਤੁਸੀਂ 8 ਮਾਡਲ ਦਾ ਹੁੰਦਾ 5 ਮਾਡਲ ਦਾ ਹੁੰਦਾ ਜਾਂ 12 ਮਾਡਲ ਦਾ ਹੁੰਦਾ ਉਹ ਵੀ ਘੱਟੋ ਘੱਟ 10-12 ਸਾਲ ਦਾ ਪੁਰਾਣਾ ਸੀਗਾ ਇਸੇ ਕਰਕੇ ਆਪਾਂ ਆਪਦੇ ਇੰਜਨ ਨੂੰ ਹੀ ਉਵੇਂ ਰੀਨਿਊ ਕਰ ਲਿਆ ਵੀ ਜਿਹੜਾ ਇਹ ਫਿਰ ਨਵੇਂ ਵਰਗੇ ਲੱਗੇ ਅਤੇ ਹੁਣ ਇਹ ਆਪਾਂ ਕਹਿ ਨਹੀਂ ਸਕਦੇ ਬਈ ਇਹ ਇੰਜਨ 22 ਸਾਲ ਪੁਰਾਣਾ ਅਤੇ ਇਹ ਇੰਜਨ ਹੁਣ ਆਪਾਂ ਜਿਵੇਂ ਸਾਰਾ ਕੰਮ ਕਰਾਤਾ ਤਾਂ ਮਤਲਬ ਇੱਕ ਤਾਂ ਲੋਹਾ ਹੀ ਹੁੰਦਾ ਜਦੋਂ ਅੰਦਰਲਾ ਸਾਰਾ ਕੰਮ ਨਵਾਂ ਹੀ ਪੈ ਗਿਆ ਤਾਂ ਇੱਕ ਹਿਸਾਬ ਦਾ ਇੰਜਨ ਇਹਦੀ ਗੱਡੀ ਦੀ ਲਾਈਫ ਫਿਰ ਇੱਕ ਨਵੇਂ ਇੰਜਨ ਵਰਗੀ ਹੋਈ ਵੱਧ ਗਈ ਅਤੇ ਇਹ ਚੀਜ਼ ਤੁਸੀਂ ਧਿਆਨ ਰੱਖੋ ਜਿਹੜਾ ਵੀ ਇੰਜਨ ਪਾਓਗੇ ਜੇ ਤੁਹਾਡੇ ਕੋਲ ਬਜਟ ਦੀ ਪ੍ਰੋਬਲਮ ਆ ਤਾਂ ਤੁਸੀਂ ਇੰਜਨ ਐਕਸਚੇਂਜ ਵੀ ਕਰ ਸਕਦੇ ਹੋ ਹਾਲਾਂਕਿ ਇਹਦੇ 'ਤੇ ਆਪਾਂ ਨੂੰ 15,000 ਤੱਕ ਦਾ ਖਰਚਾ ਆਊਗਾ ਨੀਅਰ ਅਬਾਊਟ ਐਸਟੀਮੇਟ 'ਚ ਲਾਇਆ ਕਿਉਂਕਿ 4300 ਦਾ ਸਮਾਨ ਇੱਕ ਦਿਨ ਆਇਆ ਸੀਗਾ ਅਤੇ 3500 ਦਾ ਉਹਨਾਂ ਨੇ ਲਿਆ ਅਤੇ ਮੈਂ ਤੁਹਾਨੂੰ ਇਹੀ ਸੁਜੈਸ਼ਨ ਦਊਂਗਾ ਜੇ ਤੁਹਾਡੀ ਗੱਡੀ ਦਾ ਇੰਜਨ ਗਲਿਆ ਗੁਲਿਆ ਨੀਗਾ ਜਾਂ ਕੋਈ ਬਾਡੀ ਨਹੀਂ ਗਲੀ ਤਾਂ ਤੁਸੀਂ ਹੋਰ ਗੱਡੀ 'ਤੇ ਨਾ ਜਾਓ ਕਿਉਂਕਿ ਉਹ ਵੀ 9 ਸਾਲ ਪੁਰਾਣੀ ਗੱਡੀ ਆ ਆਪਦੀ ਗੱਡੀ ਦਾ ਤਾਂ ਤੁਹਾਨੂੰ ਪਤਾ ਹੁੰਦਾ ਜਿਵੇਂ ਖੋਲ੍ਹ ਕੇ ਤਾਂ ਪਤਾ ਲੱਗ ਗਿਆ ਆਪਾਂ ਨੂੰ ਬਈ ਸਾਰਾ ਓਵਰਆਲ ਤੁਸੀਂ ਦੇਖੋ ਫੇਸ ਫੂਸ ਆਪਾਂ ਕਰਾਤੇ ਸਾਰੇ ਵਿੱਚ ਸੀਲਾਂ ਪੈ ਗਈਆਂ ਇਹਦੀਆਂ ਹੈ ਨਾ ਨਵੀਆਂ ਅਤੇ ਪਿਸਟਨ ਪੈ ਗਏ ਸਾਰੇ ਅਤੇ ਬਾਕੀ ਸਾਰਾ ਹੁਣ ਵਾਸ਼ ਹੋਊਗਾ ਇਹ ਚੰਗੀ ਤਰ੍ਹਾਂ ਆਪਾਂ ਪੂਰਾ ਵਧੀਆ ਬਣਾ ਦਾਂਗੇ ਤੁਸੀਂ ਇੱਥੋਂ ਦੇਖ ਹੀ ਸਕਦੇ ਹੋ ਜਿਵੇਂ ਆਹ ਚੀਜ਼ਾਂ ਇਹਦੇ ਅੰਦਰਲੀਆਂ ਚੀਜ਼ਾਂ ਸਾਰੀਆਂ ਨਵੀਆਂ ਪੈ ਗਈਆਂ ਅਤੇ ਇਹ ਵਾਲ ਵੂਲ ਹੁੰਦੇ ਸਾਰੇ ਜਿਹੜੇ ਆਪਾਂ ਨਵੇਂ ਪਾਤੇ ਇਸੇ ਨਾਲ ਹੀ ਗੱਡੀ ਦਾ ਮਤਲਬ ਆਪਣਾ ਸਾਰਾ ਨਵਾਂ ਬਣ ਜਾਣਾ ਕੰਮ ਅੱਜ ਆਪਣੀ ਸਾਰੀ ਸਾਫ਼ ਸਫਾਈ ਹੋ ਚੁੱਕੀ ਹੈ ਜੀ ਇੰਜਨ ਦੀ ਅਤੇ ਬਾਕੀ ਸਮਾਨ ਉਹ ਪਿਆ ਅਤੇ ਗੇਅਰ 'ਤੇ ਤਾਂ ਮਤਲਬ ਡੀਜ਼ਲ ਪੈਟਰੋਲ ਮਾਰਨ ਦੀ ਲੋੜ ਨਹੀਂ ਗਈ ਹੈ ਅਤੇ ਸਿੱਧਾ ਮਤਲਬ ਵਾਸ਼ਿੰਗ ਨਾਲ ਹੀ ਹੋ ਜੂਗਾ ਅਤੇ ਮੋਸਟ ਪ੍ਰੋਬੇਬਲੀ ਕੱਲ੍ਹ ਆਪਣੀ ਕਾਰ ਦਾ ਇੰਜਨ ਸ਼ਾਇਦ ਫਿੱਟ ਹੋ ਜੇ ਅਤੇ ਬਾਕੀ ਕੱਲ੍ਹ ਸਵੇਰੇ ਆਉਂਦੇ ਹਾਂ ਕੱਲ੍ਹ ਇਹਦੀ ਸ਼ਾਇਦ ਫਿਟਿੰਗ ਹੋ ਜੇ ਫਾਈਨਲੀ ਪਹਿਲਾਂ ਤਾਂ ਜਿਹੜਾ ਕੰਮ ਆਪਣਾ ਰੁਕਿਆ ਹੋਇਆ ਸੀ ਕਾਰ ਦਾ ਤਾਂ ਸੀਗਾ ਵਿੱਚੋਂ ਦੀ ਵਲੌਗ ਵੀ ਨਹੀਂ ਬਣਿਆ ਆਪਾਂ ਕਾਰਾਂ ਲੈਣ ਜਾ ਰਹੇ ਸੀ ਆਪਾਂ ਐਂਡੇਵਰ ਲਿਆਉਂਦੀ ਆ ਨਵੀਂ ਅਤੇ ਨਵੀਂ ਨਹੀਂ ਮਤਲਬ ਸੈਕਿੰਡ ਹੈਂਡ ਲਿਆਉਂਦੀ ਆ ਅਤੇ ਇਹਦਾ ਕੰਮ ਤਾਂ ਰੁਕਿਆ ਹੋਇਆ ਸੀ ਕਿਉਂਕਿ ਮੁਕਤਸਰ 'ਚ ਸਾਰਿਆਂ ਨੂੰ ਹੀ ਪਤਾ ਜਿਹੜੇ ਮਤਲਬ ਮੁਕਤਸਰ ਨੂੰ ਜਿੱਦਾਂ ਹਿਸਟਰੀ ਜਾਣਦੇ ਆ ਵੀ ਮਾਘੀ ਦਾ ਮੇਲਾ ਸੀਗਾ ਤਾਂ ਕਰਕੇ ਜਿੱਥੇ ਆਪਣਾ ਇਹ ਸੀਗਾ ਨਾ ਬਈ ਇਹਦਾ ਬਾਈ ਦੀ ਵਰਕਸ਼ਾਪ 'ਚ ਜਿੱਥੋਂ ਆਪਾਂ ਤਿਆਰ ਕਰਾਈ ਆ ਉਹ ਕਾਫੀ ਰਸ਼ ਹੁੰਦਾ ਸੀਗਾ ਕਰਕੇ ਹੁਣ 7-8 ਦਿਨਾਂ ਬਾਅਦ ਕੰਟੀਨਿਊ ਕਰਨ ਲੱਗੇ ਆ ਜਿਹੜੀ ਤੁਸੀਂ ਪਿਛਲੀ ਕਲਿੱਪ 7 ਕੇ ਮੇਰੇ ਖਿਆਲ 10 ਹੀ ਦਿਨ ਹੋ ਗਏ ਹੋਣੇ ਆ 10 ਹੀ ਹੋ ਗਏ ਹਾਂ 10-10 ਦਿਨਾਂ ਬਾਅਦ ਗੱਡੀ ਦਾ ਪੂਰਾ ਇੰਜਨ ਦਾ ਕੰਮ ਹੋ ਚੁੱਕਿਆ ਮਾੜੀ ਮੋਟੀ ਜਿਹੜੀ ਸਾਊਂਡ ਹੁੰਦੀ ਆ ਉਹ ਜਦੋਂ 1,000 ਕਿਲੋਮੀਟਰ ਚੱਲੀ ਉਦੋਂ ਘਟੂਗੀ ਅਤੇ ਬਾਕੀ ਓਵਰਆਲ ਗੱਡੀ ਦਾ ਕੰਮ ਜਿਹੜਾ ਫਰਕ ਪਿਆ ਕਾਫੀ ਫਰਕ ਪੈ ਗਿਆ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਚੇਂਜ ਕਰਤੀਆਂ ਅਤੇ ਹੁਣ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹਦਾ ਕੁਛ ਇਲੈਕਟ੍ਰੋਨਿਕਲ ਪਾਰਟ ਹੁੰਦੇ ਆ ਨਾ ਜਿਹੜੇ ਉਹ ਕੋਈ ਵਰਕਿੰਗ 'ਚ ਨਹੀਂ ਨਾ ਤਾਂ ਪਾਣੀ ਚੱਲਦਾ ਇਹਦਾ ਵੀ ਆਪਾਂ ਸ਼ੀਸ਼ੇ 'ਤੇ ਪਾ ਸਕੀਏ ਅਤੇ ਨਾ ਵਾਈਪਰ ਚੱਲਦਾ ਨਾ ਲਾਈਟ ਲੂਟ ਲਾਈਟਾਂ ਚੱਲਦੀਆਂ ਅਤੇ ਹੁਣ ਉੱਥੋਂ ਫਾਈਨਲ ਨਿਕਲ ਗਈ ਕਾਰ ਵਲੌਗ ਦਾ ਮੈਨੂੰ ਰਾਹ 'ਚ ਯਾਦ ਆਇਆ ਵੀ ਵਲੌਗ ਵੀ ਹਾਂ ਬਣਾਈ ਜਾਂਦੇ 10 ਦਿਨਾਂ 'ਚ ਭੁੱਲ ਜਾਈਦਾ ਅਤੇ ਹੁਣ ਆਪਾਂ ਜਾਂਦੇ ਹਾਂ ਪੇਂਟ ਵਾਲੇ ਕੋਲ ਖੜਾਉਂਦੇ ਹਾਂ ਗੱਡੀ ਦਾ ਆਪਾਂ ਰੰਗ ਦੇਖਦੇ ਹਾਂ ਵੀ ਆਪਾਂ ਗੱਡੀ ਸਾਰੀ ਪੇਂਟ ਕਰਾਈਏ ਕਿਉਂਕਿ ਸਾਰੀ ਪੇਂਟ ਕਰਾਉਣ ਨਾਲ ਨਾ ਕਈ ਵਾਰ ਐਂ ਹੁੰਦਾ ਵੀ ਜੇ ਛੱਤ ਪੇਂਟ ਕਰਾਤੀ ਤਾਂ ਛੱਤ ਤੋਂ ਜੰਗਾਲ ਉੱਠਣ ਲੱਗ ਪੈਂਦੀ ਵੀ ਜਿੱਥੇ ਜਿੱਥੇ ਪਾਣੀ ਖੜਦਾ ਤਾਂ ਵੈਸੇ ਪਹਿਲਾਂ ਆਪਾਂ ਐਂ ਦੇਖਾਂਗੇ ਵੀ ਜਦੋਂ ਗੱਡੀ ਉਹਨਾਂ ਨੂੰ ਫੜਾਈ ਉਹਨਾਂ ਨੂੰ ਕਹਾਂਗੇ ਪਹਿਲਾਂ ਛੱਤ 'ਤੇ ਰਬਿੰਗ ਮਾਰੋ ਉਹ ਰਬਿੰਗ ਪੋਲਿਸ਼ਿੰਗ ਕਰਕੇ ਆਪਾਂ ਜਾ ਕੇ ਹੁਣ ਬਾਈ ਨੂੰ ਸਮਝਾਉਂਦੇ ਹਾਂ ਸਾਰਾ ਕੁਛ ਅਤੇ ਉਸ ਤੋਂ ਬਾਅਦ ਐਂਡ ਤੱਕ ਵਲੌਗ ਜ਼ਰੂਰ ਦੇਖੋ ਸਾਰਾ ਇਸ ਤੋਂ ਬਾਅਦ ਆਪਣੀ ਜਦੋਂ ਇਹ ਹੋ ਗਈ ਫਿਰ ਵਾਸ਼ਿੰਗ 'ਤੇ ਜਾਊਗੀ ਵਾਸ਼ਿੰਗ ਤੋਂ ਬਾਅਦ ਸਾਰੇ ਸਪੇਅਰ ਪਾਰਟ ਪੈਣਗੇ ਜਿਹੜਾ ਬਾਹਰਲਾ ਅਸੈਸਰੀ ਆ ਕਿਉਂਕਿ ਹੁਣ ਅੰਦਰ ਦਾ ਕੰਮ ਹੋ ਗਿਆ ਅਤੇ ਬਾਹਰੋਂ ਉੱਧਰ ਵਰਗੀ ਹੀ ਲੱਗ ਰਹੀ ਹੈ ਜਿੱਦਣ ਆਪਾਂ ਪਹਿਲੇ ਦਿਨ ਲੈ ਕੇ ਆਏ ਵੀ ਰੂਪ ਹੋਣਾ ਹੈ ਗੱਡੀ ਦਾ ਧਵਾਈ ਹੈ ਦੁਬਾਰਾ ਦੇਖਦੇ ਹਾਂ ਬਾਕੀ
तेरी जी वैगन दे टायर सही दो कलर का मिक्सचर है शायद रूबी रेड कलर है ना जो करके दो कलर का मिक्सचर एग्जॉस्ट भी पुआ था, आवाज तो कर दी रेस नहीं।